ਸ੍ਰੀ ਗੱਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਤੁੰਦਕਾਨ ਰੋਡਵੇਜ ਦੀ ਬੱਸ ਹਾ사 ਅਗ੍ਰਸਤ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚਾਹਿਆ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਂਦੇ ਵੀਡੀਓ ਨੂੰ ਆਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜਲਾਲਾਬਾਦ ਤੋਂ ਦਿੱਲੀ ਜਾਣ ਵਾਲੀ ਪੰਜਾਬ ਰੋਡਵੇਜ ਦੀ ਬੱਸ ਤੁੰਦਕਾਨ ਹਾਸੇ ਦਾ ਸ਼ਿਕਾਰ ਹੋ ਗਈ ਸ੍ਰੀ ਮੁਕਸਰ ਸਾਹਿਬ ਡੀਪੂ ਦੀ ਇਹ ਬੱਸ ਸਵੇਰੇ ਸਵੇਰੇ ਕਰੀਬ 40 ਵਾਰੀਆਂ ਲੈ ਕੇ ਜਲਾਲਾਬਾਦ ਤੋਂ ਸਵੇਰੇ ਪੋਣੇ ਕੁ 5 ਵਜੇ ਰਵਾਨਾ ਹੋਈ ਸੀ ਜਿਸ ਤੋਂ ਬਾਅਦ ਬੱਸ ਟਾਕਸਦ ਦੇ ਕਾਂ ਨਜ਼ਦੀਕ ਪਹੁੰਚ ਕੇ ਧੁੰਦ ਦੇ ਹਾਸੇ ਦਾ ਸ਼ਿਕਾਰ ਹੋ ਗਈ। ਇਸ ਹਾਸੇ ਚ ਕਈ ਸਵਾਰੀਆਂ ਜ਼ਖਮੀ ਹੋ ਗਈਆਂ। ਪ੍ਰਾਪਤ ਜਾਣਕਾਰੀ ਦੇ ਮੁਤਾਬਿਕ ਜਲਾਲਾਬਾਦ ਤੋਂ ਤੜਕੇ ਪੋਣੇਕ 5 ਵਜੇ ਦਿੱਲੀ ਆਈਐਸਬੀਟੀ ਜਾਣ ਵਾਲੀ ਪੰਜਾਬ ਰੋਡ ਵੇਜ ਸ੍ਰੀ ਅੰਮ੍ਰਿਤਸਰ ਸਾਹਿਬ ਡਿਪੂ ਦੀ ਬੱਸ ਪਾਲੀ ਤੋਂ ਦੁਕਾਨ ਸੜਕ ਤੋਂ ਹੇਠਾ ਉਤਰੇ ਬਿਜਲੀ ਦੇ ਖੰਬੇ ਤੇ ਸੜਕ ਕਿਨਾਰੇ ਲੱਗ ਗਏ ਇੱਕ ਸਫੇਦੇ ਦੇ ਡਰੱਗਟ ਦੇ ਨਾਲ ਜਾ ਟਕਰਾਈ ਜਿਸ ਸਕਾਰ ਨੇ ਹਾਸਾ ਵਾਪਰ ਗਿਆ। ਇਹ ਹਾਸਾ ਕੋ ਮੀਰਾਜ ਮਾਰਗ ਨੰਬਰ 754 ਦੇ ਪਿੰਡ ਚੱਕ ਸਦੋਕਾ ਨਜ਼ਦੀਕ ਵਾਪਰਿਆ ਹਾਦਸੇ ਉਚਾਰ ਤੋਂ ਪੰਜ ਸਵਾਰੀਆਂ ਨੂੰ ਸੱਟਾਂ ਲੱਗੀਆਂ ਅਤੇ ਬਾਸ ਦੇ ਡਰਾਈਵਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਬਾਸ ਦੇ ਕਨਟਕਰ ਦੇ ਮੁਤਾਬਕ ਕਰੀਬ 40 ਸਵਾਰੀਆਂ ਸਵਾਰ ਸਨ ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਲਾਲਾਬਾਦ ਦੇ ਸਿਵਲ ਹਸਪਤਾਲ ਤੱਕ ਦਾਖਲ ਕਰਾਇਆ ਗਿਆ ਸੀ ਜਿੱਥੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ